ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਜਲੰਧਰ ਸੀਟ ਦੀ, ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਅਤੇ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਅਤੇ ਵਾਅਦੇ ਵੀ ਕੀਤੇ ਗਏ ਨੇ ਅਤੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਧੇ ਗਏ ਨੇ ਅਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਹੀ ਨਹੀਂ ਸਗੋਂ ਹਰ ਪੱਖ ਦਾ ਕਿਤੇ ਨਾ ਕਿਤੇ ਨੁਕਸਾਨ ਕੀਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਇੰਡੀਆ ਗੜਚੋੜ ਨੂੰ ਅੱਗੇ ਲੈ ਕੇ ਆਉਣਗੇ, ਉਹਨਾਂ ਦੀ ਸਰਕਾਰ ਬਣੇਗੀ ਤਾਂ ਰਾਹਤ ਜ਼ਰੂਰ ਮਿਲੇਗੀ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦੌਰ ਦੇ ਵਿੱਚ ਮਨਮੋਹਨ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕੋਈ ਵੀ ਸਵਾਲ ਨਹੀਂ ਚੁੱਕਿਆ ਜਾਂਦਾ ਅਤੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੋਰ ਵੀ ਵੱਡੇ ਵਾਅਦੇ ਦਾਅਵੇ ਦੇ ਵੱਡੇ ਵੱਡੇ ਨਿਸ਼ਾਨੇ ਵੀ ਸਾਧੇ ਗਏ ਨੇ। ਕੀ ਕੁਛ ਕਹਿਣਾ ਚਰਨਜੀਤ ਸਿੰਘ ਚੰਨੀ ਦਾ ਉਹ ਵੀ ਸੁਣ ਲੈਂਦੇ ਹਾਂ। ਨਾਲ ਲੈ ਕੇ ਆਪਣੇ ਲੀਡਰ ਸਾਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ ਅਤੇ ਪਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਾਹਿਗੁਰੂ ਪਰਮਾਤਮਾ ਮੇਰੇ ਤੋਂ ਚੰਗੇ ਕੰਮ ਕਰਾਵੇ, ਜੇ ਅਤੇ ਮੈਨੂੰ ਜਿਤਾਵੇ ਲੋਕ ਅਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ। ਇੱਥੇ ਜਲੰਧਰ ਦੇ ਵਿੱਚ ਦੜੇ ਸੱਟੇ ਦਾ ਕੰਮ ਚੱਲ ਰਿਹਾ ਉਹਨੂੰ ਖਤਮ ਕਰ ਸਕਾਂ। ਬਹੁਤ ਇੱਥੇ ਨਸ਼ਿਆਂ ਦੀ ਭਰਮਾਰ ਹੈ, ਇੱਥੇ ਲਾਟਰੀ ਸਿਸਟਮ ਚਲਾ ਰਹੇ ਇੱਥੇ ਦੇ ਲੀਡਰ, ਚਾਹੇ ਉਹ ਰਿੰਕੂ ਹੈ, ਚਾਹੇ ਉਹ ਸ਼ੀਤਲ ਉਗਰਾਲ ਹੈ, ਚਾਹੇ ਰਮਨ ਅਰੋੜਾ ਹੈ। ਪਹਿਲਾਂ ਸ਼ੀਤਲ ਉਗਰਾਲ ਅਤੇ ਰਿੰਕੂ ਚਲਾਉਂਦੇ ਸੀ, ਹੁਣ ਉਹ ਚਲੇ ਗਿਆ BJP 'ਚ, ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਸ਼ਹਿ ਦੇ ਨਾਲ ਚਲਾ ਰਿਹਾ। ਕੱਲ੍ਹ ਜਿਹੜੇ ਬੰਦੇ ਫੜੇ ਹੈ ਉਹ ਸ਼ੀਤਲ ਉਗਰਾਲ ਅਤੇ ਰਿੰਕੂ ਦੇ ਹੈ, ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ, ਹੈਰੋਇਨ ਮਿਲੀ ਹੈ। ਉਹ ਬੰਦੇ ਵੀ ਹੈਗੇ ਆ ਇੱਥੇ, ਜਿਨ੍ਹਾਂ ਸੇਠੀ ਹੈ ਇੱਕ ਨਾਮ ਦਾ, ਜਿਹੜਾ ਦੜਾ ਸੱਟੇ ਦਾ ਕਾਰੋਬਾਰ ਕਰਦਾ, ਜੇਲ੍ਹ ਵੀ ਜਾ ਕੇ ਆਇਆ, ਉਹ ਰਿੰਕੂ ਦਾ ਬੰਦਾ ਹੈ। ਰਿੰਕੂ ਨੂੰ ਉਹਨੇ 10 ਤੋਲੇ ਦੀ ਚੈਨ ਉਹਦੇ ਜਨਮ ਦਿਨ 'ਤੇ ਪਾਈ ਸੀ। ਕੌਣ ਪਾਉਂਦਾ 10 ਤੋਲੇ ਦੀ ਚੈਨ? ਸੋ ਮੈਂ ਇਹ ਚੀਜ਼ਾਂ ਇੱਥੋਂ ਖਤਮ ਕਰਨ ਆਇਆ, ਮੇਰਾ ਡਿਵੈਲਪਮੈਂਟ ਦਾ ਏਜੰਡਾ ਹੈ। ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ, ਇੱਕ ਜਨਰਲ ਯੂਨੀਵਰਸਿਟੀ, ਇੱਕ ਏਮਜ਼ ਹੋਸਪਿਟਲ ਲੈ ਕੇ ਆਉਣਾ, ਤਾਂ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਇਲਾਜ ਮਿਲ ਸਕੇ, ਚੰਗੀ ਪੜ੍ਹਾਈ ਮਿਲ ਸਕੇ। ਮੈਂ ਇੱਥੇ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਾਂਗਾ ਜਦੋਂ ਸਾਨੂੰ ਪਾਵਰ ਆ ਗਈ ਉੱਪਰ। ਅਤੇ ਨਾਲ ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ, ਇੱਥੇ ਲੋਅ ਐਂਡ ਆਰਡਰ ਦੀ ਬਹੁਤ ਮਾੜੀ ਹਾਲਤ ਹੈ। ਇਹ ਸਾਰਾ ਕੁਛ ਠੀਕ ਕਰਨਾ, ਡਿਵੈਲਪਮੈਂਟ ਕਰਾਉਣੀ ਹੈ, ਇੱਥੇ ਦੀ ਇੰਡਸਟਰੀ ਨੂੰ ਉੱਪਰ ਚੱਕਣਾ। ਚਮੜੇ ਦਾ ਕਾਰੋਬਾਰ ਬੰਦ ਹੋ ਗਿਆ, ਖੇਡ ਦੀ ਸਪੋਰਟਸ ਦੀ ਫੈਕਟਰੀਆਂ ਬੰਦ ਹੋ ਰਹੀਆਂ, ਇਹ ਸਾਰੀਆਂ ਰਿਵਾਈਵ ਕਰਨੀਆਂ। ਅਤੇ ਜਲੰਧਰ ਨੂੰ ਇੱਕ ਸ਼ਾਨਦਾਰ, ਚੰਗੇ ਮਾਹੌਲ ਵਾਲਾ, ਚੰਗਾ, ਜਿੱਥੇ ਐਡਮਿਨਿਸਟ੍ਰੇਸ਼ਨ ਹੋਵੇ, ਉਹ ਸ਼ਹਿਰ ਬਣਾਉਣਾ।